ਆਇਆ ਨਾਟ ਗਿਆਰਾਂ ਦੇ ਪੂਰਾ ਪੂਰਾ ਫਿੱਟ ਆਇਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦਿਲ ਲਓ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਇਸ ਤੋਂ ਪਹਿਲਾਂ ਦਾ ਵਲੌਗ ਤੁਸੀਂ ਵੇਖਿਆ ਹੋਊਗਾ ਹੋਣਾ, ਮੈਂ ਦੋ ਪਾਰਟ 'ਚ ਅਪਲੋਡ ਕੀਤਾ। ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਕਿਹਾ ਸੀਗਾ ਕਿ ਅੱਗੇ ਆਉਣ ਵਾਲੇ ਟਾਈਮ 'ਚ ਇੱਕ ਹਫ਼ਤਾ ਲਗਾਤਾਰ ਵਲੌਗ ਨਹੀਂ ਬਣਨੇ, ਵੀ ਇੱਕ ਹਫ਼ਤਾ ਤਾਂ ਨਹੀਂ ਹੋ ਸਕਦਾ, ਪੰਜ ਕੁ ਦਿਨ ਲਗਾਤਾਰ ਵਲੌਗ ਨਾ ਬਣਨ। ਤੇ ਬਸ ਉਹਨੂੰ ਹੀ ਕਵਰ ਕਰਨ ਵਾਸਤੇ ਨਾ ਮੈਂ ਐਡਵਾਂਸ 'ਚ ਹੀ ਚੱਲਣ ਦਿਆ ਵਾਂ ਕਿ ਇੱਕ ਜਾਂ ਦੋ ਦਿਨ ਆਪਾਂ ਐਕਸਟਰਾ ਲੈ ਕੇ ਚੱਲੀਏ। ਤੇ ਆਹ ਫਿਰ ਤੀਜੇ ਦਿਨ ਹੁਣ ਵਲੌਗ ਆਉਣ ਦਿਆ। ਤੇ ਅੱਜ ਆਪਾਂ ਚੱਲਦੇ ਹਾਂ ਐਲਾਬਾਦ ਤੇ ਟਰੈਕਟਰ ਕਰਦੇ ਹਾਂ ਦੋਵੇਂ ਕੁਰੀਅਰ, ਠੀਕ ਹੈ। ਪੈਕਿੰਗ ਵਗੈਰਾ ਇਹਨਾਂ ਦੀ ਜਿਹੜੀ ਕਰਨੀ ਹੈ ਨਾ ਉਹ ਆਪਾਂ ਐਲਾਬਾਦ ਹੀ ਕਰਾਂਗੇ, ਉੱਥੇ ਜਿਹਦੇ ਤੋਂ ਕੁਰੀਅਰ ਕਰਾਉਣਾ ਉਹਨੂੰ ਹੀ ਕਹਾਂਗੇ ਕਿ ਪੂਰੀ ਸੇਫਟੀ ਨਾਲ ਪੈਕਿੰਗ ਕਰ ਦੇ, ਕਿਸੇ ਤਰ੍ਹਾਂ ਦਾ ਕੋਈ ਡੈਮੇਜ ਨਾ ਹੋਵੇ ਟਰੇਡਰਾਂ ਨੂੰ। ਬਾਕੀ ਚਲੋ ਆਪਾਂ ਦੇਖ ਲਾਂਗੇ ਕਿੱਦਾਂ ਦੀ ਉਹ ਪੈਕਿੰਗ ਕਰਦਾ, ਉਸ ਤੋਂ ਬਾਅਦ ਫਿਰ ਆਪਾਂ ਦੇਖ ਲਾਂਗੇ ਕਿ ਉਹਨਾਂ ਤੋਂ ਪੈਕਿੰਗ ਕਰਾਉਣੀ ਹੈ ਜਾਂ ਆਪ ਕਰਨੀ ਹੈ ਅੱਗੇ ਤੋਂ। ਲਓ ਵੀ ਮੁੰਡਿਓ, ਸੀਨ ਕੁਛ ਇੱਦਾਂ ਕਿ ਆਹ ਜਿਹੜੀ ਕਲਿੱਪ ਨਾ ਇਹ ਮੈਂ ਸ਼ਾਮ ਨੂੰ ਸ਼ੂਟ ਕਰਨ ਦਿਆ ਵਾਂ, ਹਾਲਾਂਕਿ ਐਡ ਸਵੇਰੇ ਸਵੇਰੇ ਹੋਊਗੀ। ਤੇ ਸੀਨ ਇੱਦਾਂ ਹੋਇਆ ਕਿ 6-7 ਮਿੰਟ ਦੀ ਨਾ ਇੱਕ ਕਲਿੱਪ ਸੀਗੀ ਉਹ ਡਿਲੀਟ ਹੋ ਗਈ ਇਹਦੇ ਵਿੱਚੋਂ। ਮੈਂ ਸੋਚਿਆ ਚਲੋ ਤੁਹਾਨੂੰ ਮੈਂ ਦੱਸ ਦੇਣਾ ਵਾਂ ਕਿ ਉਸ ਕਲਿੱਪ ਦੇ ਵਿੱਚ ਕੀ ਸੀਗਾ। ਤੇ ਦੋ ਟਰੈਕਟਰ ਆਪਾਂ ਕੁਰੀਅਰ ਕਰਨੇ ਸੀਗੇ, ਏਸ ਤੇ ਨਾਟ 11, ਠੀਕ ਹੈ। ਤੇ ਉਹ ਕਲਿੱਪ ਦੇ ਵਿੱਚ ਨਾ 61 ਚਲਾ ਕੇ ਵੇਖਿਆ ਸੀ ਆਪਾਂ ਕਿ ਵਰਕਿੰਗ ਬਿਲਕੁਲ ਸਹੀ ਕਰਦਾ ਪਿਆ, ਰਿਮੋਟ ਜਮਾਂ ਓਕੇ ਆ। ਤੇ ਆਪਾਂ ਦੋਵੇਂ ਟਰੈਕਟਰ ਇੱਕੋ ਰਿਮੋਟ ਦੇ ਚਲਾਉਣ ਦੇ ਸੀਗੇ। ਤੇ ਇੱਕ ਰਿਮੋਟ ਜਿਹੜਾ ਉਹਦੀ ਟੈਸਟਿੰਗ ਕੀਤੀ 61 ਨਾਲ, ਤੇ ਉਹਨੂੰ ਇੱਕ ਸਾਈਡ ਤੇ ਕਰਕੇ, ਤੇ ਇਸ ਦਾ ਨਵਾਂ ਰਿਮੋਟ ਉਹ ਵੀ ਟੈਸਟ ਕਰਨਾ ਸੀਗਾ। ਤੇ ਉਹਦੇ ਵਿੱਚ ਫਿਰ ਸੈੱਲ ਹੈ ਨਹੀਂ ਸੀਗੇ ਤੇ ਸੈੱਲ ਪਾਉਣੇ ਸੀਗੇ, ਠੀਕ ਹੈ। ਤੇ ਉਹਦੇ ਵਿੱਚ ਸੈੱਲ ਪਾਏ ਜਦੋਂ, ਤੇ ਉਦੋਂ ਮੈਂ ਉਹ ਵੀਡੀਓ ਕੱਟ ਕਰਤੀ। ਉਦੋਂ ਬਾਅਦ ਨੈਕਸਟ ਜਿਹੜੀ ਕਲਿੱਪ ਹੈ ਉਹ ਮੈਂ ਇੱਥੇ ਐਡ ਕਰ ਦਾਂਗਾ, ਠੀਕ ਹੈ। ਤੇ ਉਹ ਬਿਜਲੀ ਕਲਿੱਪ ਜਿਹੜੀ ਹੈ ਨਾ ਉਹ ਡਿਲੀਟ ਹੋ ਗਈ ਹੈ। ਲਓ ਵੀ ਆਹ ਰਿਮੋਟ ਵੀ ਪੈ ਗਿਆ ਸੈੱਲ, ਤੇ ਇਹਦੀ ਵੀ ਪਾਵਰ ਕਰ ਦਈਏ ਔਨ, ਠੀਕ ਹੈ। ਲਓ ਵੀ ਇਹਦੀ ਵੀ ਜਮਾਂ ਓਕੇ ਦੀ ਰਿਪੋਰਟ ਹੈ। ਇਹਦੀ ਨਾ ਯੂ ਪਾਈਪ ਇੱਕ ਤਾਂ ਉੱਚੀ ਘੱਟ ਹੈ, ਮਿਊਜ਼ਿਕ ਸਿਸਟਮ 'ਚ ਵੇਟ ਵੀ ਘੱਟ ਹੈ, ਇਸ ਕਰਕੇ ਅੱਗੋਂ ਘੱਟ ਚਕੀਂਦਾ। ਕੁਛ ਟਰੇਟਰ ਦੇ ਅੱਗੇ ਵੀ ਵਜ਼ਨ ਜ਼ਿਆਦਾ ਹੈ, ਜਿਵੇਂ ਸ਼ੋ ਵੱਡੀ ਹੈ ਨਾ। ਇੱਕ ਜਿਹੜੀ ਮੇਨ ਪ੍ਰੋਬਲਮ ਇਹ ਆ ਕਿ ਸਲਿੱਪ ਮਾਰ ਜਾਂਦਾ ਟਰੇਟਰ, ਰਿਸਪੋਂਸ ਤਾਂ ਫੁੱਲ ਐਕੂਰੇਟ ਹੈ ਪਰ ਨਾ ਸਲਿੱਪ ਮਾਰ ਜਾਂਦਾ, ਅੱਗਾ ਨਹੀਂ ਚੱਲਦਾ। ਚਲੋ ਮੁੱਖ ਦੀ ਗੱਲ ਇੱਥੇ ਆ ਕਿ ਜਮਾਂ ਓਕੇ ਦੀ ਰਿਪੋਰਟ ਹੈ, ਟਰੇਟਰ ਵਰਕਿੰਗ 'ਚ ਹੈ, ਸਟੇਅਰਿੰਗ ਜਮਾਂ ਵਰਕਿੰਗ 'ਚ ਹੈ, ਠੀਕ ਹੈ। ਸਭ ਓਕੇ ਦੀ ਰਿਪੋਰਟ ਹੈ। ਇਹਦੀ ਵੀ ਕਰੀਏ ਪਾਵਰ ਔਫ, ਅਤੇ ਬੈਟਰੀ ਕਰਦੀ ਹੈ ਡਿਸਕਨੈਕਟ। ਚਲੋ ਸਮਾਨ ਸਾਰਾ ਵਿੱਚ ਮੈਂ ਰੱਖਦਾ ਵਾਂ, ਅਤੇ ਇੱਕ ਵਾਰੀ ਸਾਰਾ ਕੁਛ ਦੇਖ ਲੈਂਦਾ, ਵੈਸੇ ਪਿੰਨਾਂ ਵਗੈਰਾ ਅਤੇ ਨਟ ਨੁਟ ਸਾਰੇ ਓਕੇ ਨੇ, ਕਿਉਂਕਿ ਆਹ ਟਰੈਕਟਰ ਤਾਂ ਉੱਥੇ ਜਾ ਕੇ ਖੁੱਲ੍ਹਣਾ ਹੀ ਹੈ ਸਾਰਾ, ਇਹ ਤਾਂ ਉਹ ਦੁਬਾਰੇ ਅਸੈਂਬਲ ਕਰੂਗਾ। ਆਹ ਟਰੈਕਟਰ ਅਸੈਂਬਲ ਆ ਜਾਂਦਾ, ਮੈਂ ਸਾਰਾ ਕੁਛ ਪੱਕਾ ਕਰਤਾ, ਜਿੱਥੇ ਜਿੱਥੇ ਫਾਈਵ ਕਿੱਕ ਲੱਗਣ ਵਾਲੀ ਸੀ ਸਾਰੀ ਲਾ ਤੀ ਆ ਮੈਂ ਆਪਦੇ ਵੱਲੋਂ, ਜਮਾਂ ਓਕੇ ਕਰਤਾ, ਠੀਕ ਹੈ। ਅਤੇ ਬਸ ਫਿਰ ਕਰਦੇ ਹਾਂ ਇਹਨਾਂ ਦੀ ਪੈਕਿੰਗ, ਅਤੇ ਫਿਰ ਆਪਾਂ ਚੱਲਦੇ ਹਾਂ ਐਲਾਬਾਦ। ਨਾਲੇ ਤਾਂ ਅੱਜ ਇੱਕ ਪਾਰਸਲ ਆਉਣਾ ਆਪਣਾ, ਉਹ ਚੱਕਦੇ ਹਾਂ, ਨਾਲੇ ਆਹ ਨਾਟ 11 ਦੇ ਸਟੀਕਰਾਂ ਦਾ ਪਤਾ ਕਰਦਾ ਵਾਂ, ਜਿਹਦੇ ਮਿਲ ਗਏ ਅਤੇ ਉੱਥੋਂ ਹੀ ਲੈ ਕੇ ਇਹਦੇ 'ਤੇ ਸਟੀਕਰ ਲਾ ਦਾਂਗੇ, ਜੇ ਨਾ ਮਿਲੇ ਫਿਰ ਆਹ ਟਰੈਕਟਰ ਬਿਨਾਂ ਸਟੀਕਰਾਂ ਤੋਂ ਜਾਊਗਾ। ਉੱਥੇ ਮਾਰਸ਼ ਨੂੰ ਕਹਿ ਦਾਂਗਾ, ਉਹਦੇ ਕੋਲ ਜੇ ਸਟੀਕਰ ਹੋਏ ਤਾਂ ਉਹ ਲਾ ਦੂਗਾ, ਠੀਕ ਹੈ। ਬਾਕੀ ਬਿਨਾਂ ਸਟੀਕਰਾਂ ਦਾ ਵੀ ਟਰੈਕਟਰ ਸੋਹਣਾ ਲੱਗਦਾ, ਐਡਾ ਕੋਈ ਚੱਕਰ ਨਹੀਂ ਗਾ। ਲਓ ਵੀ ਮੁੰਡਿਓ, ਫਾਈਨਲੀ ਟਰੈਕਟਰ ਆਪਣੇ ਰੈਡੀ ਨੇ ਦੋਵੇਂ ਹੀ ਜਾਣ ਵਾਸਤੇ, ਪਰ ਮੈਨੂੰ ਲੱਗਦਾ ਨਹੀਂ ਕਿ ਆਉਣਗੇ ਇੱਕ ਡੱਬੇ 'ਚ, ਪਰ ਆ ਗਏ ਹੋਏ, ਪੂਰੇ ਪੂਰੇ ਫਿੱਟ ਆਇਆ। 61 ਦੇ ਪੂਰਾ ਪੂਰਾ ਫਿੱਟ ਆਇਆ, ਟਰੈਕਟਰ 'ਤੇ ਆ ਗਏ ਨੇ, ਇਹਦਾ ਰਿਮੋਟ ਕਿੱਥੇ ਆਉਣੇ ਹੁਣ, ਰਿਮੋਟ ਇੱਥੇ ਰੱਖ ਦਿੰਦੇ ਹਾਂ। ਨਾਲੇ ਵੈਸੇ ਵੀ ਇਹ ਕਿਹੜਾ ਪੱਕੇ ਇਹਦੇ 'ਚ ਫਿੱਟ ਹੁੰਦਾ ਨੇ, ਹਜੇ ਉੱਥੇ ਪੈਕਿੰਗ ਹੋਣੀ ਹੈ। ਬਾਕੀ ਫਿਰ ਵੀ ਆਪਾਂ ਇੱਥੋਂ ਆਪਦੀ ਸੇਫਟੀ ਲੈ ਕੇ ਚੱਲਾਂਗੇ।
ਵੈਸੇ ਤਾਂ ਇਹ ਕਿਹੜਾ ਬਾਲੇ ਦੂਰ ਜਾਣੇ ਨੇ, ਕੋਈ ਇੰਟਰਨੈਸ਼ਨਲ ਔਰਡਰ ਤਾਂ ਹੈ ਨਹੀਂ ਗਾ, ਬਾਲੀ ਹੈਵੀ ਪੈਕਿੰਗ ਕਰਨ ਦੀ ਜ਼ਰੂਰਤ ਨਹੀਂ ਗੀ, ਕਿਉਂਕਿ ਸਮਾਨ ਮੇਰੇ ਹਿਸਾਬ ਨਾਲ ਤਾਂ ਇੱਦਾਂ ਦਾ ਕੋਈ ਹੈ ਨਹੀਂ ਟੁੱਟਣ ਵਾਲਾ ਜਿਹੜਾ ਇੰਨੀ ਛੇਤੀ ਟੁੱਟ ਜੇ, ਠੀਕ ਹੈ। ਪਰ ਫਿਰ ਵੀ ਚਲੋ ਆਪਾਂ ਸੇਫਟੀ ਲੈ ਕੇ ਚੱਲਾਂਗੇ, ਠੀਕ ਹੈ। ਚੱਲ ਵੀ ਰਿਮੋਟ ਸਿਆਂ ਤੂੰ ਆ ਜਾ ਇੱਥੇ, ਅਤੇ ਇੱਕ ਰਿਮੋਟ ਸਿਆਂ ਤੂੰ ਆ ਜਾ ਇੱਥੇ, ਬਸ ਡਨ। ਓਕੇ ਦੇ ਰਿਪੋਰਟ ਹੈ, ਹੋ ਗਈ ਪੈਕਿੰਗ, ਸਸਤੀ ਸੁੰਦਰ ਟਿਕਾਊ। ਪੇਂਟ ਦਾ ਬੰਦੋਬਸਤ ਕਰਦੇ ਹਾਂ, ਇੱਕ ਤਾਂ ਅੱਜ ਹੱਲ ਕਰਦੇ ਹਾਂ, ਜੇ ਹੋ ਗਿਆ ਤਾਂ ਔਰੇਂਜ ਪੇਂਟ ਲੈ ਕੇ ਆਉਂਦੇ ਹਾਂ ਅਤੇ ਨਾਲੇ ਸਟਿੱਕਰ ਲੈ ਕੇ ਆਉਂਦੇ ਹਾਂ, ਠੀਕ ਹੈ। ਬਾਕੀ ਕੁਰੀਅਰ ਤਾਂ ਆਏ ਨੇ ਇੱਕ ਦੋ, ਉਹ ਲੈ ਕੇ ਆਉਂਦੇ ਹਾਂ, ਕਿਉਂਕਿ ਅੱਜ ਕੁਰੀਅਰ ਦੇ ਵਿੱਚ ਨਾ ਆਹ ਟਰੈਕਟਰ ਦੀਆਂ ਸਰਵੋ ਆਈਆਂ ਹੋਈਆਂ ਨੇ, ਅਤੇ ਇੱਥੋਂ ਆਪਾਂ ਆਪਣਾ ਹਥਿਆਰ ਨਾਲ ਲੈ ਕੇ ਚੱਲਾਂਗੇ ਸਕਰੂ ਡਰਾਈਵਰ, ਉੱਥੇ ਖੋਲ੍ਹ ਕੇ ਦੇਖਾਂਗਾ ਮੈਂ ਸਰਵੋ, ਜੇ ਤਾਂ ਮੈਟਲ ਗੇਅਰ ਹੋਈਆਂ ਤਾਂ ਰੱਖਾਂਗੇ ਆਪਾਂ, ਨਹੀਂ ਤਾਂ ਉੱਥੋਂ ਹੀ ਰਿਟਰਨ ਲਾ ਦਾਂਗਾ ਮੈਂ, ਠੀਕ ਹੈ। ਅਤੇ ਉਹ ਵੀ ਦੇਖਣਾ ਪੈਣਾ ਕਿ 360 ਨਾ ਆ ਜਾਣ ਕਿਤੇ ਗਲਤੀ ਨਾਲ, ਪਿਛਲੀ ਵਾਰੀ ਇੱਦਾਂ ਹੀ ਹੋਇਆ ਸੀਗਾ, ਇੱਥੇ ਸਰਵੋ ਵਾਲਾ ਡੱਬਾ, ਉਹ ਜਿਹੜੀ ਨਵੀਂ ਸਰਵੋ ਹੈ ਆਹ ਜਿਹੜੀ ਸੱਚ ਇਹਦੇ ਵਿੱਚ ਫਿੱਟ ਹੀ ਹੈ, ਆਹ ਜਿਹੜੀ ਨਵੀਂ ਸਰਵੋ ਹੈ, ਗੇਅਰ ਤਾਂ ਇਹਨਾਂ 'ਚ ਮੈਟਲ ਦੇ ਹੀ ਨੇ ਪਰ ਇਹ ਹੈਗੀ 360 ਹੈ। ਚਲੋ ਇਹਨਾਂ ਵੀ ਇੱਕ ਹੈਗਾ ਤਰੀਕਾ ਚੈੱਕ ਕਰਨ ਦਾ ਕਿ 360 ਹੈ ਜਾਂ ਨੋਰਮਲ ਹੈ, ਉੱਥੇ ਚੱਲ ਕੇ ਦੇਖਾਂਗੇ ਕੁਰੀਅਰ ਲੈਣ ਤੋਂ ਬਾਅਦ। ਅਤੇ ਫਿਲਹਾਲ ਆਹ ਹਥਿਆਰ ਇੱਕ ਬਹੁਤ ਹੈ ਮੇਰੇ ਹਿਸਾਬ ਨਾਲ, ਨਾ ਇੱਕ ਨਾ ਸਰਜੂ ਮਿਲ ਗਈ ਆਪਾਂ ਨੂੰ ਸ਼ੋਅ ਆਪਣੀ, ਤੇ ਸਟਿੱਕਰ ਇਹਦੇ ਚ ਨੇ ਸਟਿੱਕਰ ਪਾ ਰਹੇ ਆ, ਵੇਖ ਲਓ ਅੱਧਾ ਘੰਟਾ ਹੋ ਗਿਆ ਸਟਿੱਕਰ ਨਹੀਂ ਪੱਟਿਆ ਜਾ ਰਿਹਾ ਇਹਦੇ ਤੋਂ, ਪਿਛਲੀ ਚੇਪੀ ਨੂੰ ਕਾਹੇ ਕਟਰ ਲੈ ਕੇ ਆਈਏ ਘਰੋਂ, ਸਫਲ ਬਿਜ਼ਨਸ ਮੈਨ, ਇਹ ਵੈਰੀ ਗੁੱਡ, ਉੱਠਣਾ ਲਾ ਦਾਂ ਕਿਤੇ ਚੈੱਕ ਕਰਕੇ ਲਈ ਭਰਾਵਾ, ਆ ਜਾ ਵੀ 8:11 ਸਿਆਂ ਉਹ ਸਿੱਧਾ, ਤੇ ਇੱਥੇ ਜੇ ਲਾਈਦਾ ਹੁੰਦਾ ਨਾ ਇੱਥੇ ਜੇ ਲਾਈਦਾ ਸਿੱਧਾ ਲਈ, ਲਓ ਜੀ ਇਹ ਲੱਗ ਗਿਆ 9:11, ਇਸ ਤੋਂ ਜ਼ਿਆਦਾ ਸਿੱਧਾ ਤਾਂ ਨਹੀਂ ਲੱਗ ਸਕਦਾ ਹੁਣ, ਆਹ ਦੂਜਾ ਸਟਿੱਕਰ ਪਿਆ HMT 9:11 ਟੈਨਸ਼ਨ ਨਹੀਂ ਲੈਣੀ, ਓਕੇ ਤਿਆਰ ਹੋ ਗਿਆ ਤਿਆਰ, ਡਨ ਡਨ ਡਨ, ਪੈਕ ਕਰੀਏ ਛੇਤੀ ਤੱਕ, ਤੂੰ ਆਪਾਂ ਨੂੰ ਕੰਮ ਬਹੁਤ ਨੇ ਅਜੇ, ਡਨ ਹੋ ਜਾ ਪੈਕ, ਲਓ ਜੀ ਮੁੰਡਾ ਪੈਕਿੰਗ ਕਰਕੇ ਲਾਇਆ ਅਖਬਾਰਾਂ ਪਾ ਕੇ, ਇਹ ਅੱਛਾ ਇਹਨਾਂ ਮਾਡਲਾਂ ਨਾਲ ਹੀ ਆਈਆਂ ਹੈਗੀਆਂ, ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਸੀਨ ਕਿੱਦਾਂ ਹੈ ਵੇਖ ਹੀ ਲਓ ਤੁਸੀਂ, ਧੁੰਦ ਪੂਰੀ ਹੋਈ ਪਈ ਆ, ਟਾਈਮ ਮੌਕੇ 'ਤੇ 6:30 ਦਾ ਹੋ ਗਿਆ, ਅਤੇ ਹੁਣ ਜਾਂਦੇ ਹਾਂ ਆਪਾਂ ਵਾਪਸ ਘਰੇ, ਅਤੇ ਕੰਮ ਸੀਗੇ ਥੋੜ੍ਹੇ ਜਿਹੇ ਕਰਨ ਵਾਲੇ ਜ਼ਰੂਰੀ ਉਹ ਕੀਤੇ ਨੇ, ਅਤੇ ਆਪਣਾ ਇੱਕ ਕੁਰੀਅਰ ਰਹਿ ਗਿਆ ਬਸ ਚੱਕਣ ਵਾਲਾ, ਅਤੇ ਜਿਹਨੇ ਡਿਲੀਵਰੀ ਕਰਨੀ ਆ ਨਾ ਉਹ ਠੋਪਰੀਆਂ ਆਇਆ ਹੋਇਆ, ਅਤੇ ਮੈਂ ਕਿਹਾ ਚੱਲ ਮੈਂ ਇੱਥੋਂ ਹੀ ਫੜ ਲਿਆਉਂਦਾ ਵਾ, ਵੈਸੇ ਤਾਂ ਮੈਂ ਘਰੇ ਆ ਹੀ ਗਿਆ ਸੀਗਾ, ਅਤੇ ਹੁਣ ਚੱਲਦੇ ਹਾਂ ਮੈਂ ਠੋਪਰੀਆਂ, ਉਹ ਇੱਕ ਪਾਰਸਲ ਫੜਦੇ ਉਹਦੇ ਵਿੱਚ ਸਰਵੋ ਆਈਆਂ ਹੋਈਆਂ ਨੇ, ਉਹ ਚੈੱਕ ਕਰਨੀਆਂ ਨੇ ਮੈਟਲ ਗੇਅਰ ਆ ਪਲਾਸਟਿਕ ਆ ਕਿਵੇਂ ਆ ਉਹ ਦੇਖਾਂਗੇ, ਅਤੇ ਜੇ ਤਾਂ ਪਲਾਸਟਿਕ ਨਹੀਂ ਹੋਈਆਂ ਫਿਰ ਤਾਂ ਕਰ ਦਾਂਗੇ ਰਿਟਰਨ, ਅਤੇ ਜੇ ਮੈਟਲ ਦੀਆਂ ਹੋਈਆਂ ਫਿਰ ਆਪਾਂ ਯੂਜ਼ ਕਰ ਲਾਂਗੇ ਆਪਣੇ ਨਵੇਂ ਟਰੇਟਰ 'ਚ, ਠੀਕ ਹੈ। ਲਓ ਵੀ ਮੁੰਡਿਓ ਆਪਾਂ ਆ ਗਏ ਹਾਂ ਵਾਪਸ ਆਪਣੇ ਸੈਟਅਪ ਦੇ ਵਿੱਚ, ਆਹ ਦੇਖੋ ਆਹ ਸਵੇਰੇ ਕੰਮ ਜਿਹੜਾ ਤੁਹਾਨੂੰ ਮੈਂ ਵਿਖਾਇਆ ਸੀਗਾ 9:11 ਦਾ ਚੱਲਣ ਦਿਆ ਜੰਗੀ ਪੱਧਰ 'ਤੇ,
ਰਾਜੂ ਕੀ ਕਲਾਤੀ ਹੈ, ਸੈਂਡਿੰਗ ਵਾਲਾ ਕੰਮ ਇਹਦਾ ਕਰਨਾ ਹੈ, ਉਹ ਦੇਖਦੇ ਹਾਂ ਅੱਜ ਰਾਤ ਨੂੰ ਕਰਾਂਗੇ ਆਪਾਂ, ਠੀਕ ਹੈ, ਸੈਂਡਿੰਗ ਵਾਲਾ ਕੰਮ। ਅਤੇ ਉਸ ਤੋਂ ਇਲਾਵਾ ਇਹਨਾਂ ਟਾਇਰਾਂ 'ਤੇ ਵੀ ਕਰਦੇ ਹਾਂ ਗੱਲ ਡਿਟੇਲ 'ਚ। ਸਵੇਰੇ ਇੱਕ ਕਲਿੱਪ ਸੀਗੀ ਜਿਹੜੀ ਡਿਲੀਟ ਹੋ ਗਈ ਸੀਗੀ, ਵੈਸੇ ਮੈਂ ਪਹਿਲਾਂ ਦੱਸਿਆ, ਅਤੇ ਉਹਦੇ ਵਿੱਚ ਇਹਨਾਂ ਟਾਇਰਾਂ 'ਤੇ ਵੀ ਕੀਤੀ ਸੀ ਆਪਾਂ ਡਿਟੇਲ 'ਚ ਗੱਲ, ਪਰ ਉਹ ਸਾਰੀ ਕਲਿੱਪ ਹੀ ਡਿਲੀਟ ਹੋ ਗਈ। ਚਲੋ ਕੋਈ ਨਹੀਂ, ਇਹਦੇ 'ਤੇ ਆਪਾਂ ਦੁਬਾਰਾ ਕਰ ਲੈਂਦੇ ਹਾਂ ਗੱਲ, ਠੀਕ ਹੈ। ਅਤੇ ਆਹ ਇੱਕ ਕੁਰੀਅਰ ਆ ਗਿਆ ਜਿਹੜਾ ਆਪਾਂ ਲੈਣ ਗਏ ਸੀਗੇ ਟੋਪਰੀਆਂ, ਅਤੇ ਇਹਦੇ ਵਿੱਚ ਸਰਵੋ ਮੋਟਰਾਂ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਪਿਆ। ਪਹਿਲਾਂ ਤਾਂ ਇਹਦਾ ਕੰਮ ਕਰਦੇ ਹਾਂ, ਖੋਲ੍ਹ ਕੇ ਦੇਖਦੇ ਹਾਂ, ਮੋਟਰਾਂ ਚੈੱਕ ਕਰਦਾ, ਗੇਅਰ ਵਗੈਰਾ ਮੈਟਲ ਦੇਣੇ ਆ ਕੀ ਸੀਨ ਹੈ, ਅਤੇ ਨਾਲੇ ਕਹਿੰਦੀ ਸ਼ੋਰਟ ਵੀਡੀਓ ਸ਼ੂਟ ਕਰ ਲੈਂਦੇ ਹਾਂ, ਠੀਕ ਹੈ। ਲਓ ਵੀ ਮੁੰਡਿਓ, ਆਹ ਸੀਨ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ। ਅਨਬੋਕਸਿੰਗ ਕੀਤੀ ਸੀ ਸਰਵੋ ਦੀ, ਅਤੇ ਸਰਵੋ ਨਿਕਲੀ ਆ ਪਲਾਸਟਿਕ ਦੇ ਗੇਅਰਾਂ ਵਾਲੀ, ਆਹ ਦੇਖ ਲਓ। ਅਤੇ ਇਹਦੇ ਵਿੱਚ ਇੱਕ ਚੀਜ਼ ਚੰਗੀ ਹੋ ਗਈ ਹੈ ਕਿ ਇੱਕ ਸਰਵੋ ਜਿਹੜੀ ਆ ਉਹ ਮੈਟਲ ਗੇਅਰ 'ਚ ਆਈ ਹੈ, ਆਹ ਦੇਖੋ ਆਹ ਜਿਹੜੀ ਸਰਵੋ ਹੈ ਇਹ ਮੈਟਲ ਗੇਅਰ 'ਚ ਹੈ, ਆਹ ਜਿਹੜੀ ਸਰਵੋ ਹੈ ਇਹ ਪਲਾਸਟਿਕ ਦੇ ਗੇਅਰ 'ਚ ਹੈ। ਅਤੇ ਮੇਰੇ ਨਾਲ ਪਹਿਲਾਂ ਵੀ ਕਈ ਵਾਰੀ ਇੱਦਾਂ ਹੋ ਚੁੱਕਿਆ, ਜਦੋਂ ਡਬਲ ਸਰਵੋ ਔਡਰ ਕਰੀਦੀ ਹੈ ਨਾ, ਉਦੋਂ ਇੱਕ ਮੈਟਲ ਦੀ ਆ ਜਾਂਦੀ ਹੈ, ਇੱਕ ਪਲਾਸਟਿਕ ਦੀ ਆ ਜਾਂਦੀ ਹੈ। ਜੇ ਸਿੰਗਲ ਔਡਰ ਕਰੋ ਤਾਂ ਉਹ ਪਲਾਸਟਿਕ ਦੀ ਵੀ ਆਉਂਦੀ ਹੈ। ਅਤੇ ਹੁਣ ਆਪਾਂ ਮੈਟਲ ਵਾਲੀ ਰੱਖ ਲਾਂਗੇ ਸਰਵੋ, ਅਤੇ ਜਿਹੜੀ ਪਲਾਸਟਿਕ ਵਾਲੀ ਹੈ ਇਹ ਲਾ ਦਾਂਗੇ ਰਿਟਰਨ 'ਤੇ, ਠੀਕ ਹੈ। ਇਕੱਲੀ ਸਰਵੋ ਜਿਹੜੀ ਹੈ ਰਿਟਰਨ 'ਤੇ ਲਾ ਦਾਂਗੇ, ਅਤੇ ਆਪਾਂ ਹੋਰ ਸਰਵੋ ਔਡਰ ਕਰ ਲਾਂਗੇ, ਮੌਕੇ 'ਤੇ ਆਹ ਪਲੈਨ ਹੈ। ਅਤੇ ESC ਕਰ ਦਈਏ ਬੰਦ, ਅਤੇ ਇੱਧਰੋਂ ਪਾਵਰ ਕਰ ਦਈਏ ਔਫ, ਪਾਵਰ ਔਫ, ਔਫ, ਠੀਕ ਹੈ, ਓਕੇ ਦੀ ਰਿਪੋਰਟ ਹੈ। ਅਤੇ ਮੌਕੇ 'ਤੇ ਨਾ ਆਪਣੇ ਕੋਲ 8 ਟਰੈਕਟਰ ਰਹਿ ਗਏ ਨੇ, ਠੀਕ ਹੈ, 1, 2, 3, 4, 5, 6, 7 ਅਤੇ 8, ਅਤੇ 8 ਟਰੈਕਟਰ ਨੇ, ਅਤੇ ਆਪਣੇ ਕੋਲ 7 ਜਿਹੜੀਆਂ ਬੋਡੀਆਂ ਨੇ ਉਹ ਤਿਆਰ ਨੇ ਨਾਟ 11 ਦੀਆਂ। 1, 2, 3, 4, 5, 6, ਸੱਤਵੀਂ ਕਿੱਥੇ ਗਈ, 6 ਹੀ ਨੇ ਇਹਦਾ, 1, 2, 3, 4, ਅਤੇ 5ਵਾਂ ਟਰੈਕਟਰ ਆਪਣਾ ਅੱਜ ਕੁਰੀਅਰ ਕਰਤਾ, ਠੀਕ ਹੈ। 5 ਨਾਟ 11 ਪੂਰੇ ਹੋ ਗਏ। ਅਤੇ ਉਸ ਤੋਂ ਇਲਾਵਾ ਆਹ 2 ਹੋਰ ਜਿਹੜੀਆਂ ਬੋਡੀਆਂ ਪ੍ਰਿੰਟ ਕੀਤੀਆਂ ਸੀਗੀਆਂ, 5, 6 ਅਤੇ 7, ਠੀਕ ਹੈ, ਟੋਟਲ 7 ਹੋ ਗਈਆਂ। ਟਰੈਕਟਰ ਆਪਣੇ ਕੋਲ ਨੇ 8, ਯਾਨੀ ਇੱਕ ਬੋਡੀ ਰਹਿੰਦੀ ਆ ਪ੍ਰਿੰਟ ਕਰਨ ਵਾਲੀ, ਉਹ ਆਪਾਂ ਸਵੇਰੇ ਪ੍ਰਿੰਟ ਕਰਾਂਗੇ, ਅਤੇ ਉਹਦੀ ਮੈਂ ਇੱਕ ਸ਼ੋਰਟ ਵੀਡੀਓ ਵੀ ਸ਼ੂਟ ਕਰਨੀ ਹੈ, ਇਸ ਕਰਕੇ ਉਹ ਸਵੇਰੇ ਕਰਾਂਗੇ, ਠੀਕ ਹੈ। ਲਓ ਵੀ ਮੁੰਡਿਓ, ਆ ਗਏ ਆਪਾਂ ਵਾਪਸ, ਅਤੇ ਇੱਥੇ ਕੰਮ ਚੱਲਣ ਦਿਆ ਸੀਗਾ ਨਾਟ 11 ਦੀ ਸ਼ੋਅ 'ਤੇ ਸੈਂਡਿੰਗ ਦਾ, ਠੀਕ ਹੈ। ਆਹ ਦੇਖੋ, ਆਹ ਇੱਕ ਸਾਈਡ ਅਤੇ ਆਹ ਦੂਜੀ ਸਾਈਡ, ਦੋਵੇਂ ਸਾਈਡਾਂ ਜਿਹੜੀਆਂ ਨੇ ਸੈਂਡਿੰਗ ਹੋ ਚੁੱਕੀ ਹੈ, ਆਹ ਦੇਖ ਲਓ ਬਿਨਾਂ ਸੈਂਡਿੰਗ ਵਾਲੀ, ਠੀਕ ਹੈ। ਇਕੱਲੀ ਫੈਬਰਿਕ ਜਦੋਂ ਸੁੱਟਦੇ ਹਾਂ ਉਦੋਂ ਇੱਦਾਂ ਦਾ ਹੁੰਦਾ ਸਰਫੇਸ, ਅਤੇ ਜਦੋਂ ਸੈਂਡਿੰਗ ਕਰ ਦਈਦੀ ਹੈ ਉਦੋਂ ਹੋ ਜਾਂਦਾ ਇੱਦਾਂ ਦਾ, ਠੀਕ ਆ। ਅਤੇ ਸੇਮ ਟੰਕੀ ਦੀ ਕੰਡੀਸ਼ਨ, ਆਹ ਦੇਖ ਲਓ ਬਿਨਾਂ ਸੈਂਡਿੰਗ ਕੀਤੀ ਹੋਈ ਆਹ ਟੰਕੀ ਹੈ, ਅਤੇ ਆਹ ਦੇਖ ਲਓ ਪੇਂਟ ਕੀਤੀ ਹੋਈ ਟੰਕੀ, ਠੀਕ ਹੈ। ਹਜੇ ਫਸਟ ਲੇਅਰ ਹੈ, ਸੈਕਿੰਡ ਜਾਂ ਥਰਡ ਲੇਅਰ ਤੱਕ ਐਂ ਬਿਲਕੁਲ ਜਮ੍ਹਾਂ ਓਕੇ ਹੋ ਜੂਗਾ। ਮੈਂ ਕਿਹਾ ਵੀ ਪੇਂਟ ਵੀ ਕਰ ਹੀ ਦਈਏ, ਜਿੰਨੀ ਛੇਤੀ ਸੁੱਕ ਜੇ ਚੰਗਾ, ਕਿਉਂਕਿ ਟਾਈਮ ਬਹੁਤ ਲੱਗਦਾ ਇਹਨੂੰ ਸੁੱਕਣ 'ਚ, ਵੀ ਜਿੰਨੀ ਛੇਤੀ ਪੇਂਟ ਕਰ ਦਾਂਗੇ ਉਨਾ ਜ਼ਿਆਦਾ ਟਾਈਮ ਮਿਲ ਜੂ ਸੁੱਕਣ ਵਾਸਤੇ। ਅਤੇ ਇਹਦੀ ਸੈਂਡਿੰਗ ਚੱਲਣ ਦੀ ਹੈ, ਥੋੜ੍ਹੀ ਜਿਹੀ ਰਹਿ ਗਈ ਹੈ, ਅਤੇ ਇਹਦੀ ਸੈਂਡਿੰਗ ਕਰਕੇ ਇਹਨੂੰ ਵੀ ਪੇਂਟ ਕਰਨਾ, ਅਤੇ ਹੋ ਸਕਦਾ ਮੈਂ ਪੇਂਟ ਸਵੇਰੇ ਕਰਾਂ, ਹੁਣ ਨਹੀਂ ਕਰਦੇ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਿਆ। ਅਤੇ ਉਸ ਦੇ ਨਾਲ ਟਾਇਰਾਂ ਦਾ ਸੀਨ ਇੱਦਾਂ ਹੈ ਕਿ, ਅਤੇ ਕੱਲ੍ਹ ਆਪਾਂ ਟਾਇਰ ਪ੍ਰਿੰਟ ਕਰਨੇ ਲਾਏ ਸੀਗੇ, ਅਤੇ ਉਦੋਂ ਬਾਅਦ ਵਲੋਗ ਐਂਡ ਕਰਤਾ ਸੀਗਾ। ਅਤੇ ਆਹ ਦੇਖ ਲਓ ਮੌਕੇ 'ਤੇ ਟਾਇਰਾਂ ਦੀ ਲੁੱਕ ਇੱਦਾਂ ਦੀ ਹੈ, ਜ਼ਿਆਦਾ ਕੋਈ ਖਾਸ ਡਿਫਰੈਂਸ ਜੇ ਮੈਂ ਕਹਾਂ ਤਾਂ ਨਹੀਂ ਗਾ, ਜਿਹੜੇ ਓਰੀਜਨਲ ਮਾਡਲ ਦੇ ਟਾਇਰ ਹੁੰਦੇ ਨੇ, ਬਸ ਇੰਨਾ ਵੀ ਥੋੜ੍ਹੇ ਜਿਹੇ ਚੌੜੇ ਨੇ ਟਾਇਰ ਅਤੇ ਥੋੜ੍ਹੇ ਜਿਹੇ ਉੱਚੇ ਨੇ। ਅਤੇ ਇਹਦਾ ਸਾਈਜ਼ ਮੈਂ ਇੱਦਾਂ ਦਾ ਰੱਖਿਆ
ਕਿ ਇਹਨਾਂ ਟਾਇਰਾਂ ਦਾ ਹੀ ਰਿਮ ਕੱਢ ਕੇ ਆਪਾਂ ਇਹਦੇ ਯੂਜ ਕਰ ਸਕਦੇ ਹਾਂ, ਤਾਂ ਕਿ ਜਦੋਂ ਮਰਜ਼ੀ ਆਪਾਂ ਟਾਇਰ ਚੇਂਜ ਕਰ ਸਕੀਏ, ਆਪਾਂ ਨੂੰ ਵਾਰ ਵਾਰ ਰਿਮ ਨਾ ਪ੍ਰਿੰਟ ਕਰਨਾ ਪਵੇ ਨਵਾਂ। ਠੀਕ ਹੈ, ਅਤੇ ਆਹ ਡਿਜ਼ਾਇਨ ਥੋੜ੍ਹਾ ਜਿਹਾ ਅੱਡ ਹੈ, ਅਤੇ ਉਸ ਤੋਂ ਇਲਾਵਾ ਆ ਇੱਥੇ ਇੱਕ ਨਵੇਂ ਡਿਜ਼ਾਇਨ 'ਚ ਵੀ ਮੈਂ ਟਾਇਰ ਪ੍ਰਿੰਟ ਕੀਤੇ ਸੀਗੇ, ਆਹ ਦੇਖ ਲਓ ਅਜੇ ਸਪੋਟਾਂ ਵੀ ਨਹੀਂ ਲਾਈਆਂ, ਅਤੇ ਸਵੇਰੇ ਸਵੇਰੇ ਪ੍ਰਿੰਟ ਕੀਤੇ ਸੀਗੇ, ਅਤੇ ਇਹ ਸਾਈਜ਼ 'ਚ ਇਹਨਾਂ ਨਾਲੋਂ ਵੀ ਥੋੜ੍ਹੇ ਜਿਹੇ ਵੱਡੇ ਰੱਖੇ ਨੇ ਮੈਂ। ਮੈਂ ਕਿਹਾ ਵੀ ਥੋੜ੍ਹੇ ਜਿਹੇ ਵੱਡੇ ਟਾਇਰ ਪਾ ਕੇ ਦੇਖਾਂਗੇ ਟਰੈਕਟਰ ਨੂੰ, ਅੱਗੋਂ ਟਰੈਕਟਰ ਕਿੰਨਾ ਕੁ ਉੱਚਾ ਚਕੀਂਦਾ ਹੈ ਅਤੇ ਟਰੈਕਟਰ ਦੀ ਲੁੱਕ ਕਿੱਦਾਂ ਦੀ ਆਉਂਦੀ ਹੈ। ਠੀਕ ਹੈ, ਅਤੇ ਆਹ ਟਾਇਰਾਂ ਵਾਲਾ ਕੰਮ ਵੀ ਆਪਾਂ ਸਵੇਰੇ ਕਰਾਂਗੇ, ਸਪੋਰਟ ਵਗੈਰਾ ਜਿਹੜੀ ਲਾਉਣੀ ਹੈ ਨਾ ਉਹ ਸਵੇਰੇ ਲਾਵਾਂਗੇ, ਹੁਣ ਨਹੀਂ ਲਾਉਂਦੇ। ਅਤੇ ਉਸ ਤੋਂ ਇਲਾਵਾ ਇੱਧਰ ਪ੍ਰਿੰਟ ਹੋ ਰਿਹਾ ਬੋਨਟ ਆਪਣੇ ਦੋਵਾਂ ਟਰੈਕਟਰਾਂ ਦਾ, ਆਹ ਦੇਖ ਲਓ। ਅਤੇ ਉਸ ਤੋਂ ਇਲਾਵਾ ਸਟਿੱਕਰ ਆਪਾਂ ਲੈ ਆਏ ਸੀਗੇ 6/11 ਦੇ, ਟੋਟਲ 10 ਟਰੈਕਟਰਾਂ ਵਾਸਤੇ 10 ਮਾਡਲਾਂ ਵਾਸਤੇ ਮੈਂ ਸਟਿੱਕਰ ਬਣਵਾਏ ਸੀ ਇੱਕ ਵਾਰੀ, ਕਿਉਂਕਿ ਕਹਿੰਦਾ ਸੀ ਵੀ ਜ਼ਿਆਦਾ ਬਣਾਉਣ 'ਚ ਟਾਈਮ ਲੱਗੂਗਾ। ਮੈਂ ਕਿਹਾ ਮੈਨੂੰ ਜਲਦੀ ਚਾਹੀਦੇ ਨੇ, ਜਿੰਨੇ ਬਣਾ ਸਕਦਾ ਉਹਨੇ ਬਣਾ ਦੇ ਇੱਕ ਵਾਰੀ, ਅਤੇ ਉਹਨੇ 10 ਪੀਸ ਬਣਾਏ ਨੇ। ਇੱਕ ਤਾਂ ਆਪਾਂ ਯੂਜ਼ ਕਰ ਲਿਆ ਆਪਣੇ ਉਸ 6/11 'ਤੇ, ਅਤੇ ਬਾਕੀ ਦੇ 9 ਬਚੇ ਨੇ ਉਹ ਆਪਾਂ ਇਹਨਾਂ 'ਚ ਯੂਜ਼ ਕਰ ਲਾਂਗੇ। ਠੀਕ ਹੈ, ਆਉਣ ਵਾਲੇ ਟਾਈਮ 'ਚ, ਅਤੇ ਸਵੇਰੇ ਮੈਂ ਦੇਖਾਂਗਾ ਇੱਕ ਤਾਂ ਇਸ ਟਰੈਕਟਰ 'ਤੇ ਕੰਮ ਕਰਨਾ, ਅਤੇ ਦੂਜਾ ਮੈਂ ਸੋਚਣ ਦਿਆਂ ਕਿ ਇੱਕ ਰਿਮੋਟ ਕੰਟਰੋਲ ਟਰੈਕਟਰ ਉਹਦੇ 'ਤੇ ਆਪਾਂ ਕੰਮ ਸ਼ੁਰੂ ਕਰਦੇ ਹਾਂ। ਅਤੇ ਸਟੀਅਰਿੰਗ ਦੇ ਵਿੱਚ ਲਾਉਣ ਵਾਸਤੇ ਇੱਕ ਨਵਾਂ ਡਿਜ਼ਾਇਨ ਜਿਹੜਾ ਮੈਂ ਸੋਚਿਆ ਉਹਦੇ 'ਤੇ ਐਕਸਪੈਰੀਮੈਂਟ ਕਰ ਲੈਣਾ, ਇੱਕ ਟਰੈਕਟਰ ਆਪਾਂ ਨੂੰ ਚਾਹੀਦਾ, ਅਤੇ ਮੈਂ ਸੋਚਣ ਦਿਆ ਸੀ ਕਿ ਇੱਕ ਨਵੇਂ ਟਰੈਕਟਰ 'ਤੇ ਕੰਮ ਸ਼ੁਰੂ ਕਰ ਦਿੰਦੇ ਹਾਂ, ਅਤੇ ਉਹਦੇ ਵਿੱਚ ਫਿਰ ਸਟੀਅਰਿੰਗ ਵਾਲਾ ਐਕਸਪੈਰੀਮੈਂਟ ਕਰ ਲਾਂਗੇ। ਅਤੇ ਸੈਂਡਿੰਗ ਦਾ ਸੀਨ ਇੱਦਾਂ ਕਿ ਸੈਂਡਿੰਗ ਵਾਸਤੇ ਨਾ ਆਹ ਮੈਂ ਰੇਕਮਾਰ ਯੂਜ਼ ਕਰਨ ਦਿਆਂ ਵਾਂ, ਆਹ ਦੇਖ ਲਓ ਮੈਂ ਟੋਟਲ 3 ਲੇਅਰਾਂ ਯੂਜ਼ ਕਰਦਾ ਰੇਕਮਾਰ ਦੀਆਂ। ਠੀਕ ਹੈ, ਆਹ ਜਿਹੜਾ ਰੇਕਮਾਰ ਹੈ ਇਹਦਾ ਨੰਬਰ ਮੈਂ ਇੱਥੋਂ ਵੇਖ ਕੇ ਤੁਹਾਨੂੰ ਦੱਸ ਦਿੰਦਾ, ਆਹ ਤਾਂ ਥੋੜ੍ਹਾ ਜਿਹਾ ਘੱਟ ਵਾਲਾ, ਅਤੇ ਆਹ ਰੇਕਮਾਰ ਹੈ 150 ਨੰਬਰ। ਠੀਕ ਹੈ, 150 ਨੰਬਰ ਫੈਵੀਕਵਿਕ ਲਾਉਣ ਤੋਂ ਬਾਅਦ ਪਹਿਲਾਂ 150 ਨੰਬਰ ਮਾਰਦਾ ਮੈਂ ਰੇਕਮਾਰ, ਉਦੋਂ ਬਾਅਦ ਇਹਦੇ ਉੱਤੇ ਮਾਰੀਦਾ 320। ਠੀਕ ਹੈ, ਵੀ ਛੋਟੀਆਂ ਛੋਟੀਆਂ ਜਿਹੜੀਆਂ ਦਰਾਰਾਂ ਰਹਿੰਦੀਆਂ ਨੇ ਉਹ 320 ਨਾਲ ਖਤਮ ਹੋ ਜਾਂਦੀਆਂ, ਅਤੇ ਫਿਨਿਸ਼ਿੰਗ ਦੇਣ ਵਾਸਤੇ ਫਾਈਨਲ ਮੈਂ ਮਾਰਦਾ 1000 ਨੰਬਰ, ਆਹ ਦੇਖ ਲਓ। ਠੀਕ ਹੈ, ਇਸ ਤਰੀਕੇ ਨਾਲ ਮੈਂ ਰੇਕਮਾਰ ਮਾਰਦਾ ਵਾਂ। ਅਤੇ ਬਸ ਇੰਨੀ ਕੁ ਨੌਲੇਜ ਦੇਣੀ ਸੀਗੀ, ਮੇਰੇ ਹਿਸਾਬ ਨਾਲ ਇੰਨੀ ਕੁ ਨੌਲੇਜ ਬਹੁਤ ਹੈ। ਅਤੇ ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ, ਆ ਵਲੋਗ ਕਰਦੇ ਹਾਂ ਇੱਥੇ ਐਂਡ। ਅਤੇ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਮਾਡਲਾਂ ਦੇ ਕੰਮ 'ਤੇ ਸ਼ੁਰੂ ਕੀਤਾ ਹੋਇਆ, ਆਪਾਂ ਰਿਮੋਟ ਕੰਟਰੋਲ 'ਤੇ ਵੀ ਕੰਮ ਸ਼ੁਰੂ ਕਰਤਾ, ਪਰ ਸੇਲ ਵਾਲਾ ਜਿਹੜਾ ਕੰਮ ਹੈ ਨਾ ਉਹ ਆਪਾਂ 25-26-27 ਤਰੀਕ ਤੋਂ ਬਾਅਦ ਹੀ ਸ਼ੁਰੂ ਕਰਾਂਗੇ। ਠੀਕ ਹੈ, ਉਨਾ ਚਿਰ ਕੋਸ਼ਿਸ਼ ਕਰਾਂਗਾ ਜਿੰਨਾ ਕੁ ਟਾਈਮ ਮੈਨੂੰ ਮਿਲੂਗਾ ਮਾਡਲਾਂ 'ਤੇ ਕੰਮ ਕਰ ਲਾਂਗੇ ਆਪਾਂ। ਬਾਕੀ ਚਲੋ ਸਵੇਰ ਦਾ ਪਲਾਨ ਦੇਖਦੇ ਹਾਂ, ਹੋ ਸਕਦਾ ਸਵੇਰੇ ਮੈਂ ਬਾਹਰ ਵੀਡੀਓ ਸ਼ੂਟ ਵੀ ਕਰਾਂ, ਕਿਉਂਕਿ ਸਵੇਰੇ ਪੂਰਾ ਦਿਨ ਆਪਾਂ ਘਰੇ ਹਾਂ ਜਿੱਥੋਂ ਤੱਕ ਮੇਰਾ ਆਈਡੀਆ। ਬਾਕੀ ਚਲੋ ਸਵੇਰ ਦਾ ਸਵੇਰੇ ਪਤਾ ਲੱਗੂਗਾ। ਠੀਕ ਹੈ, ਮਿਲਦੇ ਹਾਂ ਫਿਰ ਸਵੇਰੇ ਨਵੇਂ ਵਲੌਗ 'ਚ। ਓਕੇ ਬਾਏ, ਟਾਟਾ।